ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੂਦੇ ਤੇ ਮੈਂ ਰਕੇਸ਼ ਸ਼ਰਮਾ ਇਸ ਸਮੇਂ ਅਸੀਂ ਬਠਿੰਡਾ ਦੇ ਪਾਵਰ ਉਸ ਰੋਡ ਤੇ ਖੜੇ ਆ ਜਿੱਥੇ ਹਰ ਸਾਲ ਜਿਹੜਾ ਮਾਨਸੂਨ ਦੇ ਸਮੇਂ ਜਿਹੜਾ ਪਾਣੀ ਇਸੇ ਤਰ੍ਹਾਂ ਭਰ ਜਾਂਦਾ ਹੈ ਅੱਜ ਫੇਰ ਇੱਕ ਵਾਰ ਸਰਕਾਰ ਦੀ ਜਿਹੜੀ ਪੋਲ ਹੈ ਉਹ ਖੁੱਲਦੀ ਨਜ਼ਰ ਆ ਰਹੀ ਹੈ ਨਗਰ ਨਿਗਮ ਵੱਲੋਂ ਕਈ ਤਰ੍ਹਾਂ ਦੇ ਵਾਅਦੇ ਕਈ ਤਰ੍ਹਾਂ ਦੇ ਦਾਅਵੇ ਆ ਜਿਹੜੇ ਉਹ ਕੀਤੇ ਗਏ ਸੀ ਆਹ ਸੜਕਾਂ ਦੇ ਹਾਲਾਤ ਨੇ ਪਾਣੀ ਹੈ ਜਿਹੜਾ ਕਮਰ-ਕਮਰ ਤੱਕ ਬਠਿੰਡਾ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਨਗਰ ਨਿਗਮ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਸਾਡੇ ਵੱਲੋਂ ਮੋਟਰਾਂ ਲਾਈਆਂ ਗਈਆਂ ਨੇ ਸਾਡੇ ਵੱਲੋਂ ਆਹ ਕੀਤਾ ਗਿਆ ਹੈ ਲੇਕਿਨ ਨਗਰ ਨਿਗਮ ਦੀ ਪੋਲ ਕਿਥੇ ਨਾ ਕਿਥੇ ਡੇਢ ਘੰਟੇ ਦੀ ਬਾਰਿਸ਼ ਨੇ ਹੀ ਖੋਲ ਕੇ ਰੱਖ ਦਿੱਤੀ ਹੈ ਗੱਡੀਆਂ ਵੇਖ ਸਕਦੇ ਹੋ ਤੁਸੀਂ ਗੱਡੀਆਂ ਜਿਹੜੀਆਂ ਡੁੱਬਰੀਆਂ ਨੇ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਪ੍ਰਾਈਮ ਮੂਦੇ ਦੀ ਟੀਮ ਵੱਲੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹਮੇਸ਼ਾ ਹੀ ਸਾਡਾ ਇੱਕ ਮਕਸਦ ਰਹਿੰਦਾ ਕਿ ਤੁਹਾਡੇ ਤੱਕ ਜਿਹੜੀ ਲੋਕਾਂ ਦੀ ਆਮ ਜਨਤਾ ਦੀਆਂ ਸਮੱਸਿਆਵਾਂ ਆ ਉਹ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਜਾਣ ਅੱਜ ਉਸ ਨੂੰ ਲੈ ਕੇ ਫੇਰ ਇੱਕ ਵਾਰ ਸਾਂਝੇ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਆ ਜਿਹੜਾ ਰੋਡ ਹੈ ਇਸ ਰੋਡ ਦੇ ਉੱਤੇ ਹਸਪਤਾਲ ਵੀ ਨੇ ਲੇਕਿਨ ਕਿਥੇ ਨਾ ਕਿਥੇ ਪਾਣੀ ਭਰਨ ਕਰਕੇ ਕਾਫੀ ਜਿਹੜੇ ਮੁਸੀਬਤਾਂ ਦਾ ਜਿਹੜਾ ਸਾਹਮਣਾ ਉਹ ਪਰਿਵਾਰਿਕ ਮੈਂਬਰਾਂ ਨੂੰ ਕਰਨਾ ਪੈ ਰਿਹਾ ਹੈ ਬਿਜਲੀ ਦੇ ਪੋਲ ਲੱਗੇ ਨੇ ਕਿਉਂਕਿ ਖਤਰਾ ਜਿਹੜਾ ਉਹ ਲਗਾਤਾਰ ਇੰਨਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਖਤਰਾ ਤੁਹਾਨੂੰ ਦਿਖਾਇਆ ਜਾ ਰਿਹਾ ਟਰਾਂਸਫਾਰਮਰ ਵੀ ਨੇ ਗੱਡੀਆਂ ਰੇਡ ਕੇ ਲਿਆਂਇਆਂ ਜਾ ਰਹੀਆਂ ਨੇ ਲੋਕ ਪਰੇਸ਼ਾਨ ਨੇ ਲੇਕਿਨ ਸਰਕਾਰ ਸਿਰਫ ਵਾਅਦੇ ਤੇ ਦਾਅਵਿਆਂ ਤੋਂ ਇਲਾਵਾ ਕੁਝ ਵੀ ਨਹੀਂ ਕਰ ਰਹੀ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਬਠਿੰਡਾ ਦੇ ਲੋਕਾਂ ਨੂੰ ਇੱਕ ਗੱਲ ਜ਼ਰੂਰ ਜ਼ਹਿਨ ਵਿੱਚ ਰੱਖ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਬਠਿੰਡਾ ਦੇ ਵਿੱਚ ਆਉਣਾ ਹੈ ਤੇ ਤੁਹਾਨੂੰ ਤੈਰਨਾ ਪਵੇਗਾ ਕਿਉਂਕਿ ਜਿਹੜਾ ਬਠਿੰਡਾ ਦੀਆਂ ਸੜਕਾਂ ਉਹ ਸਵਿਨਿੰਗ ਪੂਲ ਦਾ ਜਿਹੜਾ ਕੰਮ ਕਰਦੀਆਂ ਨੇ ਸਵਿਨਿੰਗ ਪੂਲ ਦਾ ਕੰਮ ਕਰਦੀਆਂ ਇਹ ਬਠਿੰਡਾ ਦੀਆਂ ਸੜਕਾਂ ਤੁਹਾਡੇ ਰੂਬਰੂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰੋੜਾਂ ਰੁਪਏ ਲਾਉਣ ਦਾ ਜਿਹੜਾ ਦਾਵਾ ਉਹ ਕੀਤਾ ਜਾ ਰਿਹਾ ਕਿੱਥੇ ਕਰੋੜਾਂ ਰੁਪਏ ਲੱਗਿਆ ਤੇ ਕਿਹੜੀ ਜਗ੍ਹਾ ਹੈ ਜਿਸ ਵਿੱਚ ਪਾਣੀ ਦੀ ਨਿਕਾਸੀ ਹੋ ਰਹੀ ਹੈ ਕਦੀ ਟੂਬਲਾਂ ਤੇ ਪੈਸੇ ਲਾਉਣ ਦੀ ਗੱਲ ਆਖੀ ਜਾ ਰਹੀ ਹੈ ਕਦੀ ਕਰੋੜਾਂ ਰੁਪਿਆ ਪਾਣੀ ਦੀ ਨਿਕਾਸੀ ਨੂੰ ਲੋਰ ਦੀ ਗੱਲ ਆਖੀ ਜਾ ਰਹੀ ਹੈ ਲੇਕਿਨ ਉਹ ਜਿਹੜੇ ਵਾਦੇ ਉਹ ਦਾਵੇ ਸਭ ਖੋਖਲੇ ਨਜ਼ਰ ਆ ਰਹੇ ਨੇ ਇਹ ਜਿਹੜੀ ਪੋਲ ਹੈ ਲਗਾਤਾਰ ਸਰਕਾਰਾਂ ਦੀ ਹਰ ਸਾਲ মিডিਆ ਵੱਲੋਂ ਚੁੱਕੀ ਜਾਂਦੀ ਹੈ ਤੁਹਾਡੇ ਰੂਬਰੂ ਕੀਤੀ ਜਾਂਦੀ ਹੈ ਲੇਕਿਨ ਕਿਥੇ ਨਾ ਕਿਥੇ ਹਰ ਵਾਰ ਹਰ ਸਰਕਾਰ ਵੱਲੋਂ ਇਹੀ ਪਹਿਲ ਦੇ ਆਧਾਰ ਤੇ ਬਠਿੰਡਾ ਦੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਐਸੀ ਪਾਣੀ ਤੋਂ ਨਿਜਾਦ ਦਵਾ ਮੰਗੇ ਬਠਿੰਡਾ ਵਿੱਚ ਪਾਣੀ ਨਹੀਂ ਪਰੇਗਾ ਲੇਕਿਨ ਹਰ ਸਾਲ ਫੇਰ ਪਾਣੀ ਉਸੀ ਤਰ੍ਹਾਂ ਭਰਦਾ ਹੈ ਉਸੀ ਤਰ੍ਹਾਂ ਹੀ ਲੋਕ ਪਰੇਸ਼ਾਨ ਹੁੰਦੇ ਨੇ ਵੇਖ ਸਕਦੇ ਹੋ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਸਕੂਲਾਂ ਤੋਂ ਘਰੇ ਜਾਣਾ ਹੈ ਲੇਕਿਨ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਥੇ ਨਾ ਕਿਥੇ ਤਸਵੀਰਾਂ ਵੀ ਤੁਹਾਨੂੰ ਦਿਖਾਇਆ ਗਿਆ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਪਾਣੀ ਵਾਲੀਆਂ ਬਸਾਂ ਚਲਾਈਆਂ ਗਈਆਂ ਸੀ ਲੇਕਿਨ ਜਦੋਂ ਬਠਿੰਡਾ ਦੀ ਧਰਤੀ ਤੇ ਮੀਂਹ ਪੈਂਦਾ ਹੈ ਤੇ ਉਸ ਸਮੇਂ ਜਿਹੜੇ ਪਾਣੀ ਵਾਲੀ ਬਸਾਂ ਉਹ ਜਿਆਦਾ ਦੂਰ ਨਹੀਂ ਬਲਕਿ ਬਠਿੰਡਾ ਦੇ ਪਾਵਰ ਉਸ ਰੋਡ ਤੇ ਹੀ ਦੇਖਣ ਨੂੰ ਮਿਲ ਜਾਂਦੀ ਆ ਇੱਕ ਉਦਾਹਰਨ ਤੁਹਾਡੇ ਸਾਹਮਣੇ ਆ ਕਿ ਇਹ ਬੱਸ ਐ ਇਸ ਨੂੰ ਪਾਣੀ ਵਾਲੀ ਹੀ ਕਵਾਂਗੇ ਕਿਉਂਕਿ ਇਸ ਸਮੇਂ ਪਾਣੀ ਇਹਦੇ ਟਾਇਰਾਂ ਨੂੰ ਪੂਰੀ ਤਰ੍ਹਾਂ ਨਾਲ ਛੂਰਿਆ ਹੈ ਕਿੱਥੇ ਪ੍ਰਕਾਸ਼ ਸਿੰਘ ਬਾਦਲ ਕਿੱਥੇ ਸੁਖਵੀਰ ਸਿੰਘ ਬਾਦਲ ਕਿੱਥੇ ਮਨਪ੍ਰੀਤ ਸਿੰਘ ਬਾਦਲ ਸਭ ਵੱਲੋਂ ਦਾਅਵੇ ਵਾਦੇ ਸਭ ਕੁਝ ਕਿਤੇ ਜਾਂਦੇ ਨੇ ਜਿਹੜੀ ਗੱਲ ਆਖੀ ਜਾਂਦੀ ਹੈ ਉਹ 5 ਸਾਲ ਲਈ ਹੀ ਦਾਅਵਿਆਂ ਦੇ ਵਿੱਚ ਰਹਿੰਦੀ ਹੈ ਲੇਕਿਨ ਅਸੀਂ ਇੱਕ ਵਾਰ ਦਿਖਾ ਦਿੰਨੇ ਤਸਵੀਰਾਂ ਕਿ ਕੀ ਕਹਿੰਦੇ ਨੇ ਅਸੀਂ ਗੱਲਬਾਤ ਕਰਦੇ ਆਂ ਬਾਈ ਕੀ ਨਾਮ ਤੇਰਾ ਲਾਪਰੀ ਸਿੰਘ ਜੀ ਲਾਪਰੇ ਤੇ ਕਿੰਨਾ ਕਿੰਨਾ ਪਾਣੀ ਆ ਬਹੁਤ ਪਾਣੀ ਆ ਜੀ ਨਾ ਬਾਈ ਪਾਣੀ ਆ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਬਠਿੰਡਾ ਚ ਪਾਣੀ ਖਤਮ ਹੋ ਚੁੱਕਿਆ ਹੈ ਬਠਿੰਡੇ ਪਾਣੀ ਫੁੱਲਦਾ ਹੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਕਾਂਸਟੇਬਲ ਡਿਊਟੀ ਕਰਦਾ ਜੀ ਪੰਜਾਬ ਪੁਲਿਸ ਅੱਛਾ ਤੇ ਆ ਪਾਣੀ ਚ ਹੁਣ ਤੁਸੀਂ ਪੜ੍ਹ ਕੇ ਆ ਰਹੇ ਹੋ ਹਾਂ ਜੀ ਤੇ ਕਿਤਾਬਾਂ ਕਿਤਾਬਾਂ ਆ ਚੀ ਜੀ ਕਿਤਾਬਾਂ ਦੀ ਕੀਮਤਾਂ ਪਤਾ ਆਸਮਾਨ ਛੂਰੀਆਂ ਨੇ ਤੇ ਜੇ ਕਿਤਾਬਾਂ ਆ ਸਰਕਾਰਾਂ ਦੀ ਨਲਾਕੀ ਕਰਕੇ ਭੇਜਣਗੀਆਂ ਤੇ ਕੀ ਤਾਂ ਹੀ ਤਾਂ ਕਰਕੇ ਫੜੀਆਂ ਜੀ ਤਾਂ ਹੀ ਫੜੀਆਂ ਜੀ ਮਤਲਬ ਨੌਜਵਾਨਾਂ ਦਾ ਫਿਊਚਰ ਕਿਤੇ ਨਾ ਕਿਤੇ ਡੁੱਬਦਾ ਨਜ਼ਾਰਾ ਹਾਂਜੀ 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 ਇਹ ਲਪਰੀਸੀ ਜਿਸ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਮੁੰਡਾ ਕਾਂਸਟੇਬਲ ਦੀ ਜਿਹੜੀ ਤਿਆਰੀ ਕਰ ਰਿਹਾ ਪੰਜਾਬ ਪੁਲਿਸ ਦੀ ਜਿਹੜੀ ਤਿਆਰੀ ਕਰ ਰਿਹਾ ਲੇਕਿਨ ਪਰਤੀ ਤੋਂ ਪਹਿਲਾਂ ਹੀ ਇਸ ਨੂੰ ਆਪਣਾ ਜਿਹੜਾ ਭੁਖਿਆ ਹਨੇਰੇ ਵਿੱਚ ਨਜ਼ਰ ਆ ਰਿਹਾ ਹੈ ਗੱਡੀ ਦਿਖਾ ਦਿੰਦੇ ਆ ਸਾਹਮਣੇ ਗੱਡੀ ਆ ਰਹੀ ਹੈ ਪਾਣੀ ਕਿਸ ਕਦਰ ਨਾਲ ਉਸ ਦੇ ਸ਼ੀਸ਼ਿਆਂ ਤਕਾਦ ਨੂੰ ਛੂਰਿਆ ਹੈ ਅੰਦਰ ਜਿਹੜਾ ਪਾਣੀ ਹੈ ਗੱਡੀ ਦੇ ਵਿੱਚ ਭਰਿਆ ਹੋਵੇਗਾ ਲੇਕਿਨ ਫੇਰ ਸਰਕਾਰਾਂ ਝੂਠ ਬੋਲਣ ਤੋਂ ਵਾਅਦੇ ਕਰਨ ਤੋਂ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਕੁਝ ਵੀ ਨਹੀਂ ਕਰਦੀਆਂ ਲੋਕ ਜਾਨੂ ਨੇ ਲੋਕਾਂ ਨੂੰ ਪਤਾ ਹੈ ਕਿ ਸਰਕਾਰਾਂ ਕੀ ਕੁਝ ਕਰਦੀਆਂ ਨੇ ਲੇਕਿਨ ਫੇਰ ਵੀ ਹਰ ਵਾਰ ਉਹਨਾਂ ਦੇ ਭਰਮ ਭਲੇਖਿਆਂ ਵਿੱਚ ਆ ਕੇ ਲੋਕ ਉਹਨਾਂ ਨੂੰ ਵੋਟਾਂ ਪਾ ਦਿੰਦੇ ਨੇ ਹੁਣ ਚੋਣਾਂ ਜਿਹੜੀਆਂ ਨੇੜੇ ਆ ਰਹੀਆਂ ਨੇ ਤੇ ਫੇਰ ਇੱਕ ਵਾਰ ਪੰਜਾਬ ਦੇ ਲੋਕਾਂ ਨਾਲ ਬਠਿੰਡਾ ਦੇ ਲੋਕਾਂ ਨਾਲ ਵਾਦੇ ਵੀ ਕੀਤੇ ਜਾਣਗੇ ਦਾਅਵੇ ਵੀ ਕੀਤੇ ਜਾਣਗੇ ਲੇਕਿਨ ਵੋਟਾਂ ਪਾਉਣ ਤੋਂ ਪਹਿਲਾਂ ਲੋਕ ਇਹ ਸੋਚ ਲੈਣ ਕਿ ਉਹਨਾਂ ਨੇ ਵੋਟਾਂ ਪਾਉਣੀਆਂ ਜਾਂ ਨਹੀਂ ਪਾਉਣੀਆਂ ਰਾਜਨੀਤੀ ਫੇਰ ਦੁਬਾਰਾ ਭਗਦੋੜ ਹੈ ਜਿਹੜੀ ਕਾਂਗਰਸ ਦੇ ਅੱچے ਫੜਾਉਣੀ ਹੈ ਜਾਂ ਅਕਾਲੀ ਦੇ ਹੱਕ ਤੇ ਫੜਾਉਣੀ ਹੈ ਲੇਕਿਨ ਇਹ ਤਸਵੀਰਾਂ ਬੜੀ ਮੰਦ ਭਾਗੀ ਗੱਲ ਐ ਪੰਜਾਬ ਦੇ ਵਿੱਚ ਬਠਿੰਡਾ ਦਾ ਵਿੱਤ ਮੰਤਰੀ ਹੋਵੇ ਤੇ ਫਿਰ ਜਿਹੜਾ ਪਾਣੀ ਐ ਉਹ ਇਸੇ ਤਰ੍ਹਾਂ ਬਠਿੰਡਾ ਦੀਆਂ ਸੜਕਾਂ ਤੇ ਨਜ਼ਰ ਆਵੇ ਇਹ ਤਸਵੀਰਾਂ ਤੁਹਾਡੇ ਨਾਲ ਪ੍ਰਾਈਮ ਮੁਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਪ੍ਰਾਈਮ ਮੁਦੇ ਤੁਹਾਨੂੰ ਦਿਖਾ ਰਿਹਾ ਕਿ ਬਠਿੰਡਾ ਦੇ ਕੀ ਹਾਲਾਤ ਨੇ ਕਿਸ ਕਦਰ ਜਿਹੜਾ ਪਾਣੀ ਐ ਉਹ ਸੜਕਾਂ ਤੇ ਐ ਲੇਕਿਨ ਨਗਰ ਨਿਗਮ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਮੇਸ਼ਾ ਸੜਕਾਂ ਤੇ ਖੜ ਕੇ ਕਿਹਾ ਜਾਂਦਾ ਹੈ ਕਿ ਐਸੇ ਬਠਿੰਡੇ ਦੀ ਨਿਕਾਸੀ ਕਰਾਤੀ ਆ ਪਾਣੀ ਬਠਿੰਡੇ ਵਿੱਚ ਬੂੰਦ ਵੀ ਨਜ਼ਰ ਨਹੀਂ ਆਵੇਗਾ ਕਿਉਂਕਿ ਪਿਛਲੇ ਦਿਨੀਂ ਬਾਰਿਸ਼ਾਂ ਤਾਂ ਪਈਆਂ ਲੇਕਿਨ ਬਾਰਿਸ਼ ਬਹੁਤ ਘੱਟ ਸੀ ਜਿਸ ਕਰਕੇ ਬਠਿੰਡਾ ਵਿੱਚ ਪਾਣੀ ਜਿਹੜਾ ਜਲਦੀ ਨਿਕਲ ਜਾਂਦਾ ਸੀ ਅਤੇ ਸੜਕਾਂ ਫੇਰ ਖਾਲੀ ਨਜ਼ਰ ਆਉਂਦੀਆਂ ਸੀ ਉਸ ਸਮੇਂ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਲਾਈਵ ਹੋ ਹੋ ਕੇ ਦੱਸਦੇ ਸੀ ਫੇਸਬੁੱਕ ਦੇ ਉੱਤੇ ਕਿ ਆਹ ਦੇਖੋ ਐਸੀ ਬਠਿੰਡੇ ਦਾ ਵਿਕਾਸ ਕਰਤਾ ਆਹ ਦੇਖੋ ਸੜਕਾਂ ਤੇ ਪਾਣੀ ਨਹੀਂ ਲੇਕਿਨ ਅੱਜ ਉਹ ਵਰਕਰ ਕਿੱਥੇ ਨੇ ਕਾਂਗਰਸ ਦੇ ਜਿੰਨਾ ਵੱਲੋਂ ਲਾਈਵ ਹੋ ਕੇ ਦੱਸਿਆ ਗਿਆ ਸੀ ਕਿ ਬਠਿੰਡੇ ਵਿੱਚ ਪਾਣੀ ਨਹੀਂ ਪਰਦਾ ਮੈਂ ਰਕੇਸ਼ ਸ਼ਰਮਾ ਪ੍ਰਾਈਮ ਉਹਦੇ ਬਠਿੰਡਾ